ਪੰਪਕਿਨ ਰਾਈਸ ਹਾਂ ਅੱਜ ਬਸ ਪਿੱਛੇ ਪੈ ਗਏ ਸਾਰੇ ਕੰਮ ਛੱਡ ਤੇ ਪੰਪਕਿਨ ਰਾਈਸ ਬਣਾ। ਕੰਡੂਲੀ ਇਹਨਾਂ ਨੂੰ ਆਖਦੇ ਨੇ, ਪਤਾ ਨਹੀਂ ਅਸੀਂ ਤੇ ਕੱਦੂ ਆ ਕੰਡੂਲੀ ਗੱਲ ਗਈ ਹੈ, ਪਰ ਪਾਣੀ ਥੋੜਾ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ ਕਿਉਂਕਿ ਚਾਵਲ ਇੱਕ ਗਿਲਾਸ ਨੇ ਨਾ ਤੇ ਕੰਡੂਲੀ ਤੇ ਪੂਰੀ ਹੈ ਫੁੱਲ ਹਲਵਾ ਕੱਦੂ ਜਿਹੜਾ ਹੁੰਦਾ ਹੈ। ਅਸਲਾਮ ਅਲੈਕੁਮ, ਕੌਫੀ ਟਾਈਮ, ਬਿਸਮਿਲਲਾ। ਤੁਹਾਨੂੰ ਤਾਂ ਨਹੀਂ ਮਿਲਣੀ, ਤੁਸੀਂ ਚਾਹ ਪੀ ਲਈ ਹੈ। ਅੱਜ ਮੈਂ ਝਿੱਗਾਂ ਵਾਲੀ ਨਹੀਂ ਬਣਾਉਣ ਲੱਗੀ, ਵੈਸੇ ਹੀ ਮਿਕਸ ਕਰਕੇ ਸਿੰਪਲ ਸਿੰਪਲ ਜੀ ਬਣਾਉਣ ਲੱਗੀ ਹਾਂ। ਸਿੰਪਲ ਕੌਫੀ, ਬਸ ਕੌਫੀ ਮਿਕਸ ਕਰਕੇ ਚੀਨੀ ਪਾ ਕੇ ਅਤੇ ਉੱਤੇ ਦੁੱਧ ਮਾਈਕਰੋ 'ਚ ਗਰਮ ਕਰਕੇ ਮੈਂ ਪਾ ਦਿੱਤਾ ਅਤੇ ਮੇਰੀ ਕੌਫੀ ਹੋ ਗਈ ਰੈਡੀ। ਕਿਉਂਕਿ ਮੈਂ ਚੱਲੀ ਹਾਂ ਸ਼ੋਪਿੰਗ, ਆਜ਼ਡਾ ਬੱਚਿਆਂ ਦਾ ਖਾਣ ਪੀਣ ਦਾ ਸਮਾਨ, ਬੱਚਿਆਂ ਦਾ ਖਾਣ ਪੀਣ ਦਾ ਅਤੇ ਘਰ ਦਾ ਸਮਾਨ ਖਤਮ ਹੋਇਆ ਇਹ। ਮੇਰੀ ਕੌਫੀ ਕਿੱਡੀ ਸੋਹਣੀ ਲੱਗਣ ਡਈ ਹੈ। ਮੈਂ ਕੌਫੀ 2 ਚਮਚੇ ਨਾ ਪਾਇਆ, ਸਿਰ ਨੂੰ ਚੜ ਜਾਣੀ ਹੈ, ਇੱਕ ਅੱਧੀ ਚਮਚ ਪਾ ਕੇ ਬਣਾਈ ਦੀ। ਅੱਧੀ ਪਾਈ ਹੈ ਨਾ? ਹਾਂ। ਤੁਸੀਂ ਕਿਉਂ ਲੇਟੇ ਹੋ? ਖੈਰ ਨੀਂਦ ਚੜੀ ਆ ਉਹਦੀ। ਚਾਦਰ ਤੇ ਵਿਛਾ ਲਓ, ਮੈਂ ਚਾਦਰ ਸੱਚ। ਅਜ਼ਡਾ ਸ਼ੋਪਿੰਗ ਸੈਂਟਰ, ਬੱਚੇ ਗਏ ਨੇ ਸਪਾਰਾ ਤੇ ਮੈਂ ਸੋਚਿਆ ਮੈਂ ਇਕੱਲੀ ਜਾਵਾਂ, ਕੁੜੀਆਂ ਬੜਾ ਹੀ ਤੰਗ ਕਰਦੀਆਂ ਨੇ ਉੱਥੇ ਜਾ ਕੇ, ਅਤੇ ਮੈਂ ਆਪੇ ਹੀ ਹੋਵਾਂ ਅਤੇ ਇਹ ਮੈਨੂੰ ਲਾਹ ਕੇ ਆ ਜਾਣਗੇ ਘਰ, ਬੱਚਿਆਂ ਨੂੰ ਲੈਣ ਗਏ ਸਪਾਰੇ ਉੱਥੇ, ਅਤੇ ਉਸ ਤੋਂ ਬਾਅਦ ਮੈਂ ਫਿਰ ਇਕੱਲੀ ਉੱਥੇ ਫਿਰਦੀ ਰਵਾਂਗੀ। ਚਲ ਆਇਓ, ਆ ਜਾਓ ਜੀ, ਬੁੱਢੀਆਂ ਨਾਲ ਵੀ ਜ਼ਿਆਦਾ ਟਾਈਮ ਵਾਪਸ ਤਾਂ ਨਹੀਂ ਜਾਣਾ ਅੰਦਰ। ਚਲੋ ਕੁਛ ਬੋਲੋ ਵੀ, ਕੁਛ ਬੋਲੋ, ਤੇਜ਼ ਦੌੜ 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 ਦੌੜ। ਹਾਏ ਠੰਡ, ਓਏ ਹੋਏ ਹੋਏ, ਇੱਕਦਮ ਹਵਾ ਬੜੀ ਮਜ਼ੇਦਾਰ, ਮੈਨੂੰ ਤਾਂ ਠੰਡ ਲਵਾਵੇ ਇੱਕਦਮ ਖੋਲਿਆ। ਠੰਡੀਆਂ ਹਵਾਵਾਂ, ਇੱਕ ਤਾਂ ਗੱਡੀ ਉਹ ਖੜੀ ਕਰਦੇ ਹੋ ਅੱਧਾ ਰਸਤਾ ਤੇ ਆਪ ਬੰਦਾ ਪੈਦਲ ਹੀ ਟੁਰ ਜਾਏ। ਮੈਂ ਅੱਗੇ ਇੰਨੀ ਵਾਕ ਕੀਤੀ ਹੈ ਟ੍ਰੈਡਮਿਲ ਤੇ, ਹਾਏ ਅੱਲਾ ਹੁਣ ਤੁਰਨ ਨਹੀਂ ਆਉਣ ਡਿਆ ਮੇਰੇ ਕੋਲ। ਵਾਕਈ ਪਹਿਲੇ ਇੰਨੀ ਵਾਕ ਕਰੀ ਦੀ ਹੁੰਦੀ ਸੀ, ਸਾਡਾ ਸਕੂਲ ਹੁੰਦਾ ਸੀ ਕੋਈ 2 ਮੀਲ ਦੂਰ, ਪੈਦਲ ਜਾਈਦਾ ਹੁੰਦਾ ਸੀ ਤੇ ਪੈਦਲ ਲਾਈਦਾ ਸੀ, ਤੇ ਸਕੂਲ ਵੀ ਏਡਾ ਵੱਡਾ। ਸ਼ੁਕਰ ਹੈ ਪਹੁੰਚ ਗਏ ਹਾਂ, ਬਾਕੀ ਵਾਕ ਕਰਕੇ ਚੱਲੀ ਹਾਂ, ਇੱਥੇ ਲਾ ਗਏ ਬੱਚਿਆਂ ਦਾ ਜ਼ਿਆਦਾ ਹੀ ਟਾਈਮ ਲੇਟ ਹੋ ਗਿਆ। ਬਸ ਉਹ ਥੋੜ੍ਹਾ ਜਿਹਾ ਹੀ ਰਹਿ ਗਿਆ ਅਜ਼ਡਾ, ਇਹ ਸਾਰਾ ਅਜ਼ਡਾ ਹੈ, ਇੱਥੇ ਅੰਦਰ ਹੀ ਕੁੱਕ ਵੀ ਕਰਦੇ ਨੇ, ਬੈਕਰੀ ਦਾ ਸਾਰਾ ਬੜਾ ਵੱਡਾ ਹੈ, 24 ਆਵਰ ਖੁੱਲ੍ਹਾ ਰਹਿੰਦਾ।
ਸੈਲਫ ਪੇਮੈਂਟ, ਇਹਦਾ ਨਾਲ ਆਪ ਹੀ ਪੇ ਕਰੋ। ਕੱਪੜੇ ਲਾਦਾ ਲੱਗੇ ਨੇ ਕਲੀਅਰੈਂਸ ਉੱਪਰ। ਡਰੈਸਿਸ ਸੇਲ ਉੱਪਰ ਐਡੇ ਮਹਿੰਗੇ ਲਾਏ, ਹੱਦ ਹੋ ਗਈ। ਬੈਗ ਤੇ ਕੱਪੜੇ, ਸ਼ੋਪਿੰਗਾਂ ਹੋ ਗਈਆਂ। ਅਸੀਂ ਹੁਣ ਚੱਲੇ ਹਾਂ ਕਾਰ, ਟਰੋਲੀ ਰੱਖਾ ਹੁੰਦਾ ਉੱਥੇ, ਟਰੋਲੀ ਨੇ ਨਾ ਸਿਆਪਾ ਪਾਇਆ, ਅੜ ਜਾਂਦੀ ਵਾਰ ਵਾਰ। ਦਿਖਾਓ ਉੱਪਰ, ਹਨੇਰਾ ਹੀ ਹਨੇਰਾ ਹੋਇਆ। ਆ ਗਈ ਹੂੰ ਮੈਂ, ਖੋਲੋ। We are going home. ਇਸ ਘਰ ਚੱਲਿਆ ਹੁਣ। ਸਮਾਨ ਬਹੁਤ ਭਾਰਾ ਤੇ ਮੇਰੇ ਕੋਲੋਂ ਬਿਲਕੁਲ ਨਹੀਂ ਚੁੱਕਣ ਹੋਣਾ। ਚੱਲ ਲਿਆ ਸਮਾਨ, ਨਾ ਸੱਟੋ ਬਾਹਰ। ਸਾਰੇ ਸ਼ਾਪਰ ਹੀ ਬੜੇ ਭਾਰੇ ਨੇ, ਚਲ ਨਾ ਮੈਂ ਇਹ ਲੈਣਾ। ਅੱਛਾ ਜੀ, ਹੁਣ ਅਸੀਂ ਚੱਲਿਆ ਘਰ। ਇਹ ਕੀ ਹੋ ਰਿਹਾ? ਚਾਏ ਬਣ ਰਹੀ ਹੈ ਮੇਰੇ ਵਾਸਤੇ, ਤੇ ਮੈਂ ਕੀ ਬਣਾ ਰਹੀ ਹਾਂ ਤੁਹਾਡੀ ਫਰਮਾਇਸ਼ ਤੇ? ਪੰਪਕਿਨ ਰਾਈਸ। ਹਾਂ, ਅੱਜ ਬਸ ਪਿੱਛੇ ਪੈ ਗਏ ਸਾਰੇ ਕੰਮ, ਛੱਡ ਤੇ ਪੰਪਕਿਨ ਰਾਈਸ ਬਣਾ। ਕੰਡੂਲੀ ਇਹਨਾਂ ਨੂੰ ਆਖਦੇ ਨੇ, ਪਤਾ ਨਹੀਂ, ਅਸੀਂ ਤੇ ਕੱਦੂ ਆ, ਪਤਾ ਨਹੀਂ ਕੀ ਆਖਦੇ, ਹਲਵਾ ਕੱਦੂ ਇਹ ਕੰਡੂਲੀ ਆਖਦੇ ਨੇ। ਅਤੇ ਇਹਦੇ ਵਿੱਚ ਮੈਂ ਚੀਨੀ ਅਤੇ ਕੰਡੂਲੀ ਪਾ ਕੇ ਨਾ ਅਤੇ ਬੋਇਲ ਹੋਣੀ ਰੱਖ ਦਿੱਤੀ ਹੈ। ਇੱਧਰ ਚਾਵਲ ਬੋਇਲ ਹੋਣ ਡੇ ਨੇ, ਵਿੱਚ ਕਲਰ ਪਾ ਦਿੱਤਾ ਖੈਰ ਨਾਲ। ਚਾਵਲ ਬਿਲਕੁਲ ਹਲਕੇ ਹਲਕੇ ਜਿਹੜੇ ਨਾ ਕੱਚੇ ਹੋਣ, ਫਿਰ ਪਿੱਛ ਲਾਹਣੀ ਹੈ, ਜ਼ਿਆਦਾ ਕੱਚੇ ਨਹੀਂ ਰਹਿਣੇ, ਫਿਰ ਨਾ ਆਕੜ ਜਾਣਗੇ। ਅਤੇ ਸ਼ਾਹਰਾਂ ਦੀ ਚਾਹ ਕਿੱਧਰ ਹੈ ਮੇਰੀ ਵੀ? ਮੇਰੀ ਅੱਧਾ ਕੱਪ ਬਣਾਉਣੀ ਹੈ। ਅੱਛਾ, ਮੈਂ ਇਹਨਾਂ ਨੂੰ ਅੱਧਾ ਆਖਣੀ ਹੈ ਤਾਂ ਪੂਰਾ ਬਣਾ ਛੱਡਦੇ ਨੇ। ਮੈਂ ਤੁਹਾਡਾ ਮੂੰਹ ਵੀ ਵਹਾ ਦਾ, ਮੇਰੇ ਢੇਡ ਹੀ ਨਜ਼ਰ ਆਉਣ ਡਿਆ, ਮੂੰਹ ਨਾ ਵਹਾ, ਇਸ ਦਾ ਮੈਂ ਨੀਂਦ ਚੜੀ ਚੜੀ ਰਵੇ। ਚਲ ਚਾਹ ਬਣਾਓ, ਨੀਂਦ ਉੱਡੇਗੀ ਤੁਹਾਡੀ। ਤਾਂ ਮੈਂ ਚੱਲਿਆ 5-10 ਮਿੰਟ ਤੱਕ, ਫਿਰ ਬਾਕੀ ਕੰਮ ਚਾਹ ਦੇ ਕਰਨਾ। ਹਾਂ, ਮੈਂ ਵੀ ਜਾਣਾ ਹੈ ਨਮਾਜ਼ ਦਾ ਟਾਈਮ। ਚਲ ਹਰੀ ਅਪ, ਬਸ ਦੇਸੀ ਘਿਓ ਪਾਵਾਂਗੀ ਵਿੱਚ, ਨਮਕ ਖਲਾਰਾ ਚੁੱਪਾਂ ਨਾਲ ਨਾਲ ਭਾਂਡੇ ਸ਼ਾਂਡੇ ਮਸ਼ੀਨ 'ਚ ਪਾਏ ਨੇ, ਖਾਲੀ ਕੀਤਾ ਸਿੰਕ। ਗੁੜ ਪਾਉਣ ਲੱਗੀ ਸਾਂ, ਇਹਦੇ ਅਸ ਲਿਆਏ ਹਾਂ, ਗੁੜ ਪਾਉਣ ਲੱਗੇ ਸਾਂ ਵਿੱਚ, ਅਤੇ ਆਹਦੇ ਨੇ ਗੁੜ ਵਾਲੀ ਪਾਈ ਨਾ, ਅਤੇ ਮੈਂ ਖਾਣੀ ਨਹੀਂ, ਸੱਟਦੀ ਬਾਹਰ। ਫਿਰ ਮੈਂ ਹੁਣ ਗੁੜ ਪਾ ਕੇ ਕੱਢ ਕੇ ਛਾਪਰ 'ਚ, ਡੱਬਾ ਗਿੱਲਾ ਹੋ ਗਿਆ ਸੀ, ਅਤੇ ਫਿਰ ਗੁੜ ਹੁਣ ਮੈਂ ਛਾਪਰ 'ਚ ਪਾ ਕੇ ਅਤੇ ਫਰੀਜ਼ਰ 'ਚ ਰੱਖ ਦਿੱਤਾ। ਮੈਂ ਕਿਹਾ ਸੀਲ ਚੜ੍ਹੀ ਤਾਂ ਉੱਲੀ ਨਾ ਲੱਗ ਜਾਏ ਗੁੜ ਨੂੰ, ਉਹ ਮੈਂ ਫਿਰ ਫਰੀਜ਼ਰ 'ਚ ਰੱਖ ਦਿੱਤਾ। ਅਤੇ ਹੁਣ ਲੱਗੀ ਹਾਂ ਚਾਵਲਾਂ ਦਾ ਵੇਟ ਕਰਨ। ਅੱਜ ਤਾਂ ਕੰਮ ਹੀ ਕੰਮ ਹੀ ਰੋਜ਼ ਹੀ ਹੁੰਦੇ ਨੇ, ਬਲਕਿ ਅੱਜ ਤਾਂ ਨਹੀਂ, ਰੋਜ਼ ਹੀ ਹੁੰਦੇ ਨੇ। ਬਹਿਣ ਦਾ ਟਾਈਮ ਸੀ ਅਤੇ ਆਖਦੇ ਨੇ ਮੈਨੂੰ ਕੰਡੂਲੀ ਬਣਾ ਕੇ ਦੇ, ਮੈਂ ਕਿਹਾ ਬਣਾ ਹੀ ਦੇਵਾਂ, ਰੋਸੀ ਨਾ ਜਾਣ। ਬਸ ਹੁਣ ਚਾਹ ਜਿਹੜੀ ਨਾ ਅੱਧੀ ਬਣਾ ਕੇ ਚਲੇ ਗਏ, ਅਤੇ ਅੱਧੀ ਹੁਣ ਮੈਂ ਬਣਾਉਣੀ ਆ।
ਚਾਵਲ ਬੋਇਲ ਹੋ ਗਏ ਨੇ, ਹੁਣ ਮੈਂ ਪਿੱਛੇ ਲਾ ਲਵਾਂ। ਕੰਡੂਲੀ ਗਲ ਗਈ ਹੈ ਪਰ ਪਾਣੀ ਥੋੜ੍ਹਾ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ, ਕਿਉਂਕਿ ਚਾਵਲ ਇੱਕ ਗਲਾਸ ਨੇ ਨਾ ਅਤੇ ਕੰਡੂਲੀ ਤਾਂ ਪੂਰੀ ਹੈ ਫੁੱਲ ਹਲਵਾ ਕੱਦੂ ਜਿਹੜਾ ਹੁੰਦਾ ਹੈ। ਅਤੇ ਇਹ ਵੀ ਗਲ ਗਈ ਹੈ, ਚਾਵਲ ਵੀ ਗਲੇ ਨੇ, ਫਿਰ ਇਹਦਾ ਹਲਵਾ ਬਣ ਜਾਣਾ ਚਾਵਲ। ਹੁਣ ਮੈਂ ਪਾਣੀ ਸੁਕਾਉਣ ਡਈ ਹਾਂ ਅਤੇ ਬਸ ਪਾਣੀ ਥੋੜ੍ਹਾ ਜਿਹਾ ਰਹੀਏਗਾ ਨਾ ਅਤੇ ਫਿਰ ਮੈਂ ਨਾ ਇੱਧਰ ਮੈਂ ਦੇਸੀ ਘਿਓ ਪਾ ਦਿੱਤਾ, ਮਸਾਲੇ ਉਹ ਨਹੀਂ ਮਸਾਲੇ ਆ ਨਹੀਂ ਉਹ ਨਹੀਂ ਪਾਉਣੇ ਬਦਾਮ ਸ਼ਦਾਮ, ਕਿਉਂਕਿ ਕੋਈ ਵੀ ਨਹੀਂ ਖਾਂਦਾ ਇਲਾਚੀਆਂ ਪਾਉਣੀਆਂ ਸਨ, ਉਹ ਹੁਣ ਪਾ ਦੇਣੀ ਆ ਇਲਾਚੀਆਂ ਇਹਦੇ ਵਿੱਚ ਤਾਂ ਕਿ ਜਿਹੜਾ ਟੇਸਟ ਆਈਏ। ਹੁਸ਼ਿਆਰਾਂ ਨੇ ਚਾਹ ਬਣਾਈ ਹੈਗੀ ਹੈ ਬਿਲਕੁਲ ਚਿੱਟੀ, ਮੈਂ ਕਿਹਾ ਮੈਂ ਨਹੀਂ ਪੀਣੀ ਨਾਲੇ ਦੁੱਧ ਵਾਲੀ ਕੈਟਲ ਵਾਲੀ, ਮੇਰਾ ਦਿਲ ਕਰਨ ਡਿਆ ਪੀਣ ਤਾਂ ਹੁਣ ਮੈਂ ਰੋੜਾਂਗੀ ਤਾਂ ਪੀਵਾਂਗੀ, ਪੁੱਛਾਂਗੀ ਜੇ ਕਿਸੇ ਨੇ ਪੀ ਲਈ, ਪੀਣੀ ਤਾਂ ਕਿਸੇ ਵੀ ਨਹੀਂ। ਮੈਂ ਹੁਣ ਵੱਖਰੀ ਬਣਾਉਣ ਲੱਗੀ ਹਾਂ, ਇੰਝ ਚਿੱਟੀ ਚਾਹ ਮੇਰੇ ਕੋਲ ਪੀਣ ਹੀ ਨਹੀਂ ਹੁੰਦੀ, ਵੇਖਣ ਹੀ ਨਹੀਂ ਆਉਣ ਡਈ ਤਾਂ ਪੀਵਾਂ ਕਿਵੇਂ। ਟੇਸਟ ਜਿਸ ਤਰ੍ਹਾਂ ਦਿਲ ਕਰਦਾ ਕਿ ਸੁਬਾਹ ਟਾਈਮ ਹੁੰਦਾ ਦੇਸੀ ਚਾਹ, ਇਸ ਟਾਈਮ ਦਿਲ ਕਰਦਾ ਬਸ ਇਹ ਵਾਲੀ ਹੋਏ ਪਾਣੀ ਵਾਲੀ ਕਾਵਾ ਨੀਰਾ। ਇਹਨਾਂ ਮੈਂ ਕਿਹਾ ਵੀ ਇਸ ਤਰ੍ਹਾਂ ਦੀ ਬਣਾਉਣਾ ਤਾਂ ਫਿਰ ਵੀ ਇਸ ਤਰ੍ਹਾਂ ਦੀ ਬਣਾ ਲੈਣ, ਮੈਂ ਨਹੀਂ ਪੀਣੀ ਹੁਣ ਮੈਂ ਆਪਣੀ ਵੱਖਰੀ ਬਣਾਉਣ ਡਈ ਹਾਂ। ਬਸ ਹੁਣ ਚੀਨੀ ਪਾਵਾਂ ਅਤੇ ਦੁੱਧ ਪਾਵਾਂਗੀ, ਇੱਦਾਂ ਕੱਪ ਬਣਾਵਾਂਗੀ ਅਤੇ ਹੁਣ ਇਹ ਤਾਂ ਲੰਬਾ ਹੀ ਕੰਮ ਪੈ ਗਿਆ, ਇਹ ਹੁਣ ਜਦੋਂ ਹੋਈ ਹੈਗੀ ਤਾਂ ਫਿਰ ਇੱਕੋ ਵਾਰੀ ਵੀਡੀਓ ਬਣਾਵਾਂਗੀ। ਮਾਸ਼ਾਅੱਲਾ ਚਾਵਲ ਮੇਰੇ ਰੈਡੀ, ਕੰਡੂਲੀ ਚਾਵਲ, ਬਿਸਮਿਲਲਾਹਿਰਰਹਿਮ। ਇਹ ਥੋੜ੍ਹਾ ਜਿਹਾ ਹਾਂ ਸਟੀਮ 'ਚ ਸਟੀਮ ਕੱਢੋ ਨਾ ਤਾਂ ਫਿਰ ਬੜੇ ਸੋਹਣੇ ਥੋੜ੍ਹੇ ਕਦੋਂ ਦਿਆ ਦਿਲ ਭੇਜੇ ਦੇ ਚਾਵਲ ਅਸਲ 'ਚ। ਜਿੰਨੇ ਖਾਣੇ ਹੋਣਗੇ ਖਾ ਲੈਣਗੇ, ਬਾਕੀ ਇਹ ਪਾਣੀ ਲੱਗੀ ਆ ਬੋਤਲ ਗਰਮ ਕਰਕੇ ਰੱਖਣ, ਸ਼ੋਲਡਰ ਇੰਨੇ ਸਹੱਦਰ ਧੋਣ ਲਈ ਹੈ ਅਤੇ ਮੈਂ ਕਿਹਾ ਪਾਣੀ ਵਾਲੀ ਬੋਤਲ ਗਰਮ ਕਰਕੇ ਰੱਖਾਂ ਨਾਲ। ਓਕੇ ਜੀ, ਅਸੀਂ ਲੱਗੇ ਹਾਂ ਚਾਵਲ ਇੰਜੋਏ ਕਰਨ ਅਤੇ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਉ, ਲਾਈਕ ਸ਼ੇਅਰ ਸਬਸਕ੍ਰਾਈਬ, ਅਤੇ ਇਸ ਤਰ੍ਹਾਂ ਕੰਡੂਲੀ ਚਾਵਲ ਬਣਾ ਕੇ ਵੇਖਣਾ ਬਹੁਤ ਮਜ਼ੇ ਦੇ ਬਣਦੇ ਨੇ ਅਤੇ ਇਹਨਾਂ ਨੂੰ ਪਸੰਦ ਨੇ, ਮੈਨੂੰ ਤਾਂ ਪਤਾ ਨਹੀਂ ਸੀ ਇਹ ਵੀ ਹੁੰਦੇ ਨੇ, ਸ਼ਾਦੀ ਤੋਂ ਬਾਅਦ ਫਿਰ ਇਹਨਾਂ ਮੈਨੂੰ ਦੱਸਿਆ ਕਿ ਇਹ ਵੀ ਹੁੰਦਾ ਇਸ ਕੰਡੂਲੀ ਚਾਵਲ ਇਹਨੂੰ ਕਈ ਦਿਨ, ਅਤੇ ਮੈਂ ਅੱਛਾ ਅਤੇ ਫਿਰ ਮੈਂ ਬਣਾਉਣੇ ਸ਼ੁਰੂ ਕੀਤੇ ਨੇ, ਪਹਿਲੇ ਮੈਂ ਕਦੀ ਖਾਧੇ ਵੀ ਨਹੀਂ, ਬਣਾਏ ਤਾਂ ਛੱਡੋ ਖਾਧੇ ਵੀ ਨਹੀਂ ਕਦੀ, ਸ਼ਾਦੀ ਤੋਂ ਬਾਅਦ ਇਹਨਾਂ ਕੋਲੋਂ ਸੁਣਿਆ ਤਾਂ ਫਿਰ ਬਣਾਉਣੇ ਵੀ ਸ਼ੁਰੂ ਕੀਤੇ ਅਤੇ ਵਾਕਈ ਮਜ਼ੇ ਦੇ ਲਾ ਦੇਣ। ਅਤੇ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਉ ਜਿਹਨਾਂ ਨਹੀਂ ਕੀਤਾ, ਅਤੇ ਬਹੁਤ ਮਿਹਰਬਾਨੀ। ਅਤੇ ਮੈਂ ਜ਼ਰਾ ਬੋਤਲ ਰੱਖਾਂ ਪਾਣੀ ਵਾਲੀ, ਪਾਣੀ ਭਰਿਆ ਕੈਟਲ 'ਚ ਬੋਇਲ ਕਰਕੇ ਵਿੱਚ ਪਾਇਆ ਅਤੇ ਓਕੇ, ਅੱਲਾ ਹਾਫਿਜ਼।